ਮੈਨੂੰ ਮਾਫ ਕਰ ਦੋ ਸਾਰੇ, ਮੇਰੇ ਮੌਤ ਦੇ ਜ਼ਿੰਮੇਵਾਰ ਅਮਨਦੀਪ ਸਿੰਘ ਦੀਪੂ ਵਾਸੀ ਨਿੱਕੀ ਸੀ ਬਾਲ ਸਨ, ਗੁਰਨਾਮ ਸਿੰਘ ਵੀ ਮੇਰੇ ਮੌਤ ਦਾ ਜ਼ਿੰਮੇਵਾਰ, ਸੁਖਦੇਵ ਸਿੰਘ ਬਿੱਲੂ ਜਿਹਨੇ ਬਹੁਤ ਹੀ ਗੰਦੇ ਸ਼ਬਦ ਇਸਤੇਮਾਲ ਕੀਤੇ ਮੇਰੇ ਵਾਸਤੇ, ਉਹਦੀ ਪਤਨੀ, ਉਹਦੀ ਮਦਰ ਭੁਪਿੰਦਰ ਕੌਰ ਸੋਨੀਆ, ਇਹ ਸਾਰੇ ਜ਼ਿੰਮੇਵਾਰ ਵਾਸੀ ਨਿੱਕੀ ਸੀ ਬਾਲ ਦੇ। ਇਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਿਆ, ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਪਈ। ਅਮਨਦੀਪ ਸਿੰਘ ਨੇ ਮੈਨੂੰ ਧੋਖੇ ਨਾਲ ਮਿਸਯੂਜ ਕਰਦਾ ਰਿਹਾ, ਮੈਂ ਹਾਰ ਗਈ, ਹਾਰ ਗਈ, ਕੀ ਕਰਦੇ ਸਮਝ ਨਹੀਂ ਆ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਮੈਂ ਪੁੱਛਣ ਗਈ, ਮੈਂ ਕੀ ਆ, ਅਸੀਂ ਰਿਪੋਰਟ ਬਣਾ ਕੇ ਭੇਜ ਦਿੱਤੀ, ਮੈਂ ਮੈਨੂੰ ਦੱਸੋ ਕੀ ਲਿਖਿਆ, ਦੱਸ ਦਿਓ, ਕੋਈ ਨਹੀਂ। ਖਬਰ ਆ ਰਹੀ ਹੈ ਬਟਾਲਾ ਤੋਂ, ਜਿੱਥੇ ਕਿ ਬਟਾਲਾ ਦੀ ਰਹਿਣ ਵਾਲੀ ਇੱਕ ਲੜਕੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਲਾਈਵ ਹੋ ਕੇ ਰੋ ਰੋ ਕੇ ਆਪਣੀ ਹੱਡ ਬੀਤੀ ਸੁਣਾਈ, ਜਿਸਨੂੰ ਕਿ ਸਮਾਂ ਰਹਿੰਦਿਆਂ ਬਚਾ ਲਿਆ ਗਿਆ। ਲੜਕੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਦੇ ਇੱਕ ਨੌਜਵਾਨ ਨੇ ਉਸਨੂੰ ਪਿਆਰ ਦੇ ਵਿੱਚ ਧੋਖਾ ਦਿੱਤਾ ਹੈ, ਉਸ ਨਾਲ ਮੰਗਣੀ ਵੀ ਕਰਵਾਈ ਹੈ ਅਤੇ ਨਾਲ ਹੀ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ। ਉਸਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ, ਪਰ ਬਾਵਜੂਦ ਇਸ ਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸੇ ਤੋਂ ਤੰਗ ਪਰੇਸ਼ਾਨ ਹੋ ਕੇ ਉਸਨੇ ਅਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਲਾਈਵ ਹੋ ਕੇ ਕਈ ਲੋਕਾਂ ਦੇ ਨਾਮ ਵੀ ਲਏ, ਜਿਨ੍ਹਾਂ ਵਿੱਚੋਂ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਮ ਵੀ ਸ਼ਾਮਲ ਸਨ। ਉੱਥੇ ਲੜਕੀ ਨੂੰ ਬਚਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਫੇਸਬੁੱਕ 'ਤੇ ਲੜਕੀ ਦੀ ਵੀਡੀਓ ਦੇਖੀ ਤਾਂ ਤੁਰੰਤ ਲੜਕੀ ਨੂੰ ਲੱਭ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਸੇਵਾ ਸੁਸਾਇਟੀ ਆ, ਅਸੀਂ ਇਹਦਾ ਲੋੜਵੰਦ ਪਰਿਵਾਰ ਦੀ ਹੈਲਪ ਕਰਦੇ ਹਾਂ। ਅਸੀਂ ਸੋਸ਼ਲ ਮੀਡੀਆ ਜਿਹੜਾ ਇਹ ਭੈਣ ਦੀ ਅਸੀਂ ਵੀਡੀਓ ਵੇਖੀ, ਲਾਈਵ ਵੀਡੀਓ ਇਹਨੇ ਪਾਈ ਅਤੇ ਲਾਈਵ ਵੀਡੀਓ ਵਿੱਚ ਇਹ ਕਹਿਣ ਦੀ ਵੀ ਮੈਂ ਜ਼ਹਿਰ ਖਾ ਲਿਆ ਵਾ, ਟਾਈਮ ਜ਼ਿਆਦਾ ਹੋ ਚੁੱਕਿਆ, ਹੁਣ ਨਹੀਂ ਮੈਂ ਬਚ ਸਕਦੀ। ਅਤੇ ਲੋਕਾਂ ਨੇ ਮੈਸੇਜ ਨੰਬਰ ਵੀ ਦਿੱਤੇ ਵੀ ਆਪਣਾ ਐਡਰੈਸ ਦੇ, ਇਹ ਕਹਿੰਦੀ ਹੁਣ ਤਾਂ ਸਮਾਂ ਜ਼ਿਆਦਾ ਹੋ ਗਿਆ। ਚਲੋ ਵਾਹਿਗੁਰੂ ਦੀ ਮਿਹਰ ਨਾਲ, ਇਹ ਅਲੀਵਾ ਰੋਡ ਦਾ ਪਰਿਵਾਰ ਆ ਅਤੇ ਲਗਭਗ ਅਸੀਂ 15 ਮਿੰਟਾਂ ਤੱਕ ਇਹਨਾਂ ਦੇ ਘਰ ਪੁੱਜ ਕੇ ਡਰੈਸ ਡਰੁੱਸ ਲੈ ਕੇ ਅਤੇ ਮੁਹੱਲੇ ਵਾਲੇ ਸਾਰੇ ਇਕੱਠੇ ਹੋਏ ਸੀ, ਕੋਈ ਨਹੀਂ ਮਿਲ ਗਈ ਕਿ ਇਹਨੇ ਸਪੋਰਟ ਕੀਤੀ। ਚਲੋ ਆਹ ਭਰਾ ਹੀ ਸਾਡਾ ਨਾਲ ਆਇਆ, ਗਵਾਂਢੀ ਦੁਆਰ ਨਾਲ ਤੁਰਿਆ ਜੀ, ਅਤੇ ਇਹ ਆਪਣਾ ਕਹਿਣ ਲਈ ਵੀ ਮੈਂ ਹੁਣ ਨਹੀਂ ਜਾਣਾ, ਸਮਾਂ ਜ਼ਿਆਦਾ ਹੋ ਗਿਆ। ਫਿਰ ਦੁਬਾਰਾ ਇਹਨੂੰ ਚੁੱਕ ਕੇ ਸਰਕਾਰੀ ਹੋਸਪਿਟਲ ਆ ਕੇ ਐਡਮਿਟ ਕਰਾਤਾ ਵਾ ਅਤੇ ਹੁਣ ਇਹ ਜਿਹੜਾ ਇਹ ਜ਼ਹਿਰ ਕੱਢਦਾ ਵਾ ਇਹਦੇ ਅੰਦਰੋਂ, ਹੁਣ ਇਹ ਆ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਾਨ ਬਚ ਗਈ ਹੈ। ਉੱਥੇ ਡਾਕਟਰ ਮੁਤਾਬਕ ਲੜਕੀ ਨੇ ਜ਼ਹਿਰੀਲੀ ਦਵਾਈ ਨਿਕਲੀ ਹੋਈ ਸੀ, ਜਿਸਦਾ ਕਿ ਇਲਾਜ ਚੱਲ ਰਿਹਾ ਹੈ, ਪਰ ਹੁਣ ਲੜਕੀ ਖਤਰੇ ਤੋਂ ਬਾਹਰ ਹੈ। ਉਹ ਆਇਆ 3:30-4 ਵਜੇ ਦੇ ਆਸ ਪਾਸ ਅਤੇ ਸਸਪੈਕਟਿਡ ਪੋਇਜ਼ਨ ਕੇਸ ਹੈਗਾ ਸੀ, ਜੋ ਲੜਕੀ ਨੇ ਕਿਹਾ ਕਿ ਮੈਂ ਜੇ ਕੁਛ ਖਾ ਲਿਆ ਵਾ। ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਬਟ ਉਹਨੇ ਸਾਨੂੰ ਪ੍ਰੋਪਰਲੀ ਦੱਸਿਆ ਨਹੀਂ। ਫਿਰ ਅਸੀਂ ਉਹਦਾ ਜੋ ਵੀ ਟ੍ਰੀਟਮੈਂਟ ਹੁੰਦਾ, ਸਟਮਕ ਵਾਸ਼ ਵਗੈਰਾ ਕੀਤਾ ਵਾ ਅਤੇ ਇੰਜੈਕਸ਼ਨਸ ਵਗੈਰਾ ਲਗਾਏ, ਉਹਦੇ ਉਹਨੂੰ ਸਟੇਬਲ ਕੀਤਾ। ਥੋੜ੍ਹੀ ਬਹੁਤ ਦੇਰ ਬਾਅਦ ਲੜਕੀ ਸਟੇਬਲ ਵੀ ਹੋ ਗਈ ਹੈ ਅਤੇ ਦੈਨ ਮਤਲਬ ਅੱਗੇ ਉਹਦਾ ਜੋ ਵੀ ਅਸੀਂ ਕਰਨਾ ਸੀ ਕਰਕੇ ਅਤੇ ਉਹਨੂੰ ਫਿਲਹਾਲ ਆਪਾਂ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਾ। ਫਿਲਹਾਲ ਉਹਦੀ ਠੀਕ ਹੈ ਕੰਡੀਸ਼ਨ, ਬਟ ਸਟਾਰਟਿੰਗ 'ਚ ਜਦੋਂ ਆਈ ਹੈ ਉਹ ਕੋਈ ਸੰਸਥਾ ਵਗੈਰਾ ਨੂੰ ਲੈ ਕੇ ਆਈ ਹੈਗੀ ਆ, ਜੋ ਕਹਿ ਰਹੀ ਕਿ ਫੇਸਬੁੱਕ ਵਗੈਰਾ 'ਤੇ ਪਾਇਆ ਜਾਂਦਾ ਉਹਦਾ ਉਹ ਕਹਿ ਰਹੇ ਸੀ, ਬਟ ਐਜ ਪਰ ਐਸ ਮੈਡੀਕਲ ਕੰਡੀਸ਼ਨ ਇਜ਼ ਕੰਸਰਨਡ ਸ਼ੀ ਇਜ਼ ਨਾਟ ਸਟੇਬਲ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।